ਸੰਗਰੂਰ ਵਿੱਚ ਬੋਰਵੈਲ 'ਚ ਫਸੇ 2 ਸਾਲਾਂ ਦੇ ਬੱਚੇ ਫਤਿਹਵੀਰ ਸਿੰਘ ਦੇ ਮਾਮਲੇ ਵਿੱਚ ਅੰਮ੍ਰਿਤਸਰ ਦੇ ਚੀਫ ਇੰਜੀਨੀਅਰ ਜਸਵੰਤ ਸਿੰਘ ਗਿੱਲ ਨੇ ਸਰਕਾਰ ਦੀ ਕਾਰਜ ਪ੍ਰਣਾਲੀ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਸਰਕਾਰ ਇੱਕ ਹੀ ਤਕਨੀਕ ਨੂੰ ਵਾਰ ਵਾਰ ਦੁਹਰਾ ਰਹੀ ਹੈ, ਜਦਕਿ ਅਜਿਹੀਆਂ ਕਈ ਤਕਨੀਕਾਂ ਮੌਜੂਦ ਨੇ ਜਿਨ੍ਹਾਂ ਨਾਲ ਅਜਿਹੇ ਕੇਸ ਵਿੱਚ ਬੱਚੇ ਦਾ ਬਚਾਅ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਹੁਣ ਵੀ ਉਸ ਜਗ੍ਹਾ 'ਤੇ ਜਾ ਕੇ ਮਦਦ ਕਰਨ ਲਈ ਤਿਆਰ ਨੇ, ਬਸ਼ਰਤੇ ਸਰਕਾਰ ਉਹਨਾਂ ਨੂੰ ਲੈ ਕੇ ਜਾਵੇ, ਕਿਉਂਕਿ ਉਹਨਾਂ ਕੋਲ ਇੰਨੇ ਵਸੀਲੇ ਨਹੀਂ ਹਨ ਕਿ ਉਹ ਆਪਣੇ ਕੋਲੋਂ ਖਰਚਾ ਕਰਕੇ ਜਾ ਸਕਣ। ਇੱਥੇ ਦੱਸਣਯੋਗ ਹੈ ਕਿ ਜਸਵੰਤ ਸਿੰਘ ਗਿੱਲ ਨੇ ਪੱਛਮ ਬੰਗਾਲ ਵਿੱਚ ਕੋਲੇ ਖਾਣ ਵਿੱਚ ਕਰੀਬ 65 ਮਜ਼ਦੂਰਾਂ ਦੀ ਜਾਨ ਬਚਾਈ ਸੀ। ਦੱਸ ਦਈਏ ਅੱਜ 4ਵਾਂ ਦਿਨ ਹੋ ਚੁੱਕਿਆ, ਹਾਲੇ ਤੱਕ ਫਤਿਹਵੀਰ ਨੂੰ ਬੋਰਵੈਲ ਵਿੱਚੋਂ ਨਹੀਂ ਕੱਢਿਆ ਜਾ ਸਕਿਆ। ਬਚਾਅ ਕਾਰਜ ਅਖੀਰਲੇ ਪੜਾਅ 'ਤੇ ਨੇ। ਜਸਵੰਤ ਸਿੰਘ ਗਿੱਲ ਨੇ ਸਰਕਾਰ ਦੀ ਕਾਰਜ ਪ੍ਰਣਾਲੀ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਸਰਕਾਰ ਨੂੰ ਤਜਰਬੇਕਾਰ ਵਿਅਕਤੀਆਂ ਦੀ ਟੀਮ ਦੀ ਮਦਦ ਲੈਣੀ ਚਾਹੀਦੀ ਹੈ ਤਾਂ ਕਿ ਅਜਿਹੇ ਕੇਸਾਂ ਨੂੰ ਡੀਲ ਕਰਨ ਵਿੱਚ ਆਸਾਨੀ ਹੋ ਸਕੇ। ਜਸਵੰਤ ਸਿੰਘ ਗਿੱਲ ਨੇ ਕਿਹਾ ਕਿ ਸਰਕਾਰ ਨੂੰ ਉਦੋਂ ਹੀ ਯਾਦ ਆਉਂਦੀ ਹੈ ਜਦ ਅਜਿਹੀ ਸਥਿਤੀ ਸਿਰ 'ਤੇ ਪੈ ਜਾਂਦੀ ਹੈ, ਉਸ ਤੋਂ ਪਹਿਲਾਂ ਜਾਂ ਉਸ ਤੋਂ ਬਾਅਦ ਇਸ ਨੂੰ ਕੋਈ ਵੀ ਯਾਦ ਨਹੀਂ ਰੱਖਦਾ। ਉਹਨਾਂ ਕਿਹਾ ਕਿ ਅਜਿਹੇ ਹਾਦਸੇ ਸੰਬੰਧੀ ਕੌਮੀ ਪੱਧਰ 'ਤੇ ਨਿਯਮ ਬਣਨੇ ਚਾਹੀਦੇ ਨੇ। ਸਰ, ਕੀ ਨਾਮ ਹੈ ਜੀ ਆਪਣਾ? ਮੇਰਾ ਨਾਮ ਇੰਜੀਨੀਅਰ ਜਸਵੰਤ ਸਿੰਘ ਗਿੱਲ ਹੈ। ਹਾਂਜੀ ਸਰ, ਜਿਹੜਾ ਸੰਗਰੂਰ ਦੇ ਵਿੱਚ ਇੱਕ 2 ਸਾਲ ਦਾ ਬੱਚਾ 3 ਦਿਨ ਤੋਂ ਬੋਰਵੈਲ ਦੇ ਵਿੱਚ ਡਿੱਗਾ ਆ, ਇਹਦੇ 'ਤੇ ਤੁਹਾਡਾ ਕੀ ਕਹਿਣਾ ਹੈ? ਬੜੀ ਮਾੜੀ ਗੱਲ ਆ, ਹਰ ਰੋਜ਼ ਇਹੋ ਜਿਹੇ ਕੰਮ ਹੁੰਦੇ ਆ ਔਰ ਬੱਚੇ ਨੂੰ ਡਿੱਗਣਾ ਨਹੀਂ ਸੀ ਚਾਹੀਦਾ, ਕਿਉਂਕਿ ਰੂਲ ਇਹ ਆ ਕਿ ਅਗਰ ਤੁਸੀਂ ਬੋਰ ਹੋਲ ਨੂੰ ਯੂਜ਼ ਨਹੀਂ ਕਰ ਰਹੇ ਤਾਂ ਬੋਰ ਹੋਲ ਨੂੰ ਪਲੱਗ ਕਰੋ, ਉਹਨੂੰ ਚਾਰੋਂ ਤਰਫ ਫੈਂਸ ਕਰੋ ਔਰ ਉੱਤੇ ਪਲੈਕਟ ਲਾਓ ਕਿ ਇੱਥੇ ਬੋਰ ਹੋਲ ਹੈਗਾ। ਬੱਚਾ ਰਿੜਦਾ ਰਿੜਦਾ ਆ ਕੇ ਉਹਦੇ 'ਚ ਡਿੱਗ ਪਿਆ, ਇਹ ਗਲਤੀ ਗੌਰਮੈਂਟ ਦੀ ਆ ਜਾਂ ਜਿਹਨਾਂ ਨੇ ਕੀਤਾ। ਸਰ, ਤੁਸੀਂ ਕਿਸੇ ਟਾਈਮ 'ਤੇ 65 ਬੰਦਿਆਂ ਦੀ ਜਾਨ ਬਚਾਈ ਸੀ ਆਪਣੇ ਵਾਸਤੇ, ਅਤੇ ਅੱਜ ਇੱਕ ਬੱਚਾ ਡਿੱਗਾ ਆ, ਜੇਕਰ ਇਹ ਸੇਵਾ ਤੁਹਾਨੂੰ ਸੌਂਪੀ ਜਾਂਦੀ ਤਾਂ ਤੁਸੀਂ ਇਸ ਬੱਚੇ ਨੂੰ ਕਿੰਨੀ ਦੇਰ 'ਚ ਬਾਹਰ ਕੱਢ ਸਕਦੇ ਸੀ ਅਤੇ ਕੀ ਕਰ ਸਕਦੇ? ਇਹ ਤੁਸੀਂ ਜਾ ਕੇ ਦੇਖਦਾ ਜੀ ਕੀ ਪ੍ਰੋਬਲਮ ਕੀ ਆ, ਕੀ ਸਿਚੁਏਸ਼ਨ ਕੀ ਆ, ਮਿੱਟੀ ਉੱਥੋਂ ਦੀ ਕਿੱਦਾਂ ਦੀ ਆ, ਕਿੰਨੀ ਦੂਰ ਤੱਕ ਬੱਚਾ ਵਾ, ਸਾਡੇ ਕੋਲ ਇਕੁਇਪਮੈਂਟ ਕੀ ਆ, ਉਸ ਹਿਸਾਬ ਨਾਲ ਮੈਂ ਦੱਸ ਸਕਦਾ ਵੀ ਇੰਨੇ 'ਚ ਕੱਢ ਸਕਦਾ। ਲੇਕਿਨ ਗੌਰਮੈਂਟ ਨੂੰ ਚਾਹੀਦਾ ਵਾ ਕਿ ਇਹੋ ਜਿਹੇ ਕੰਮ ਰੋਜ਼ ਹੁੰਦੇ ਆ ਅਤੇ ਆਪਣੇ ਇੱਕ ਟੀਮ ਬਣਾ ਕੇ ਰੱਖੇ ਰੈਸਕਿਊ ਦੀ ਟੀਮ, ਔਰ ਉਹਦੇ ਵਿੱਚ ਇੰਜੀਨੀਅਰ ਰੱਖੇ ਔਰ ਉਹ ਲੋਕ ਰੱਖੇ ਜਿਨ੍ਹਾਂ ਨੇ ਇਹੋ ਜਿਹੇ ਕੰਮ ਕੀਤੇ ਆ, ਔਰ ਉਹਦੇ ਵਾਸਤੇ ਪੂਰਾ ਇਕੁਇਪਮੈਂਟ ਰੱਖੇ, ਕਿਉਂਕਿ ਮੈਂ ਕੱਢਿਆ ਸੀਗਾ ਕਿ ਲੋਕ ਹੱਥ ਨਾਲ ਰਸਾ ਖਿੱਚਣ ਡਏ ਨੇ, 24th century ਵਾਲੀ ਗੱਲ ਦਿਖਾਉਣ ਡਏ। ਅੱਜ ਕੱਲ੍ਹ ਆਟੋਮੈਟਿਕ ਲਿਫਟ ਹੈਗੀਆਂ, ਆਟੋਮੈਟਿਕ ਵਿੰਚਸ ਹੈਗੀਆਂ ਨੇ, ਹਰ ਚੀਜ਼ ਹੈਗੀ ਆ, ਅਸੀਂ ਉਹਨਾਂ ਨੂੰ ਕਿਉਂ ਨਹੀਂ ਯੂਜ਼ ਕਰਦੇ? ਸਰ, ਇਹ ਜਿਹੜੇ 3 ਦਿਨ ਇੰਨਾ ਲੰਬਾ ਸਮਾਂ ਲੱਗਾ, ਬੱਚਾ ਅਜੇ ਤੱਕ ਬਾਹਰ ਨਹੀਂ ਆਇਆ, ਇਹਦੇ ਵਿੱਚ ਕਿਸ ਚੀਜ਼ ਦੀਆਂ ਆਪਾਂ ਨਾਕਾਮੀਆਂ ਕਹਿ ਸਕਦੇ ਹਾਂ? ਗਲਤੀ ਇਹਨਾਂ ਨੂੰ ਪਤਾ ਹੀ ਨਹੀਂ ਗਾ ਕਰਨਾ ਕੀ ਆ। ਜਿਸ ਆਦਮੀ ਨੂੰ ਪਤਾ ਹੁੰਦਾ ਵਾ ਉਹ ਫਟਾਫਟ ਦੱਸਦਾ, ਪਤਾ ਹੁੰਦਾ ਵੀ ਮੈਂ ਆਹ ਪਹਿਲਾਂ ਕਰਨਾ, ਆਹ ਕਰਨਾ, ਆਹ ਕਰਨਾ, ਆਹ ਕਰਨਾ, ਉਸ ਹਿਸਾਬ ਨਾਲ ਕੰਮ ਕਰਦਾ। ਇਹ ਵਿਚਾਰਿਆਂ ਨੂੰ ਮਤਲਬ ਸਮਝ ਹੀ ਨਹੀਂ ਆਉਂਦੀ ਵੀ ਕਰਨਾ ਕੀ, ਕਦੇ ਹੱਥ ਨਾਲ ਮਿੱਟੀ ਪੁੱਟਣੀ ਸ਼ੁਰੂ ਕਰਦੇ ਆ, ਕਦੇ ਰੰਬੇ ਨਾਲ ਪਿੱਟੀ ਸ਼ੁਰੂ ਕਰਦੇ ਆ, ਕਦੇ ਦਾਬੜੇ ਚੁੱਕ ਕੇ ਲੱਕ ਲੈ ਜਾਈ ਜਾਂਦੇ ਆ, ਇਸ ਕਰਕੇ ਟਾਈਮ ਲੱਗ ਰਿਹਾ। ਸਰ, ਬਾਹਰ ਦੀ ਕੰਟਰੀ ਦੇ ਵਿੱਚ ਅਗਰ ਜੇ ਕੋਈ ਇਸ ਤਰ੍ਹਾਂ ਬੱਚਾ ਬੋਰਵੈਲ ਦੇ ਵਿੱਚ ਡਿੱਗਦਾ ਆ ਅਤੇ ਉਹਨੂੰ ਕੁਝ ਹੀ ਸਮੇਂ ਦੇ ਵਿੱਚ ਬਾਹਰ ਕੱਢ ਲਿੱਤਾ ਜਾਂਦਾ, ਸਹੀ ਸਲਾਮਤ ਆ ਜਾਂਦਾ ਹੈ? ਦੇਖੋ ਜੀ, ਇਹ ਬੜੀ ਗਲਤ ਭਾਵਨਾ ਕਿ ਬਾਹਰ ਦੀ ਕੰਟਰੀ 'ਚ ਕਰ ਸਕਦਾ ਵਾ। ਅਸੀਂ ਜਿਹੜਾ ਕੰਮ ਕੀਤਾ ਸੀ, ਅਸੀਂ 3 ਦਿਨ ਦੇ ਵਿੱਚ 65 ਬੰਦੇ ਕੱਢੇ ਸੀਗੇ ਅਤੇ ਨਾਸਾ ਵਾਲਿਆਂ ਨੇ 3.5 ਮਹੀਨੇ 3-33 ਬੰਦੇ ਕੱਢੇ ਸੀ। ਇਸ ਕਰਕੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਬਾਹਰ ਦੀ ਕੰਟਰੀ ਸਾਡੇ ਤੋਂ ਚੰਗੀ ਹੈ। ਅਸੀਂ ਬਹੁਤ ਅੱਛੇ ਇੰਜੀਨੀਅਰ ਆ, ਸਾਡੇ 'ਚ ਗੜਬੜ ਇਹ ਹੈ ਕਿ ਸਾਨੂੰ ਠੀਕ ਤਰ੍ਹਾਂ ਯੂਜ਼ ਨਹੀਂ ਸਕਦੇ। ਜਿਹੜਾ 3 ਦਿਨ ਹੋ ਗਏ ਬੱਚੇ ਨੂੰ ਅਜੇ, ਅਤੇ ਕਿਤੇ ਨਾ ਕਿਤੇ ਤਾਂ ਆਪਣੀ ਸਰਕਾਰ ਦੀ ਨਾਕਾਮੀ ਹੈਗੀ ਹੈ। ਬਿਲਕੁਲ ਨਾਕਾਮੀ ਹੈ ਵਾ, ਕੋਈ ਅਜੇ ਤੱਕ ਕੋਈ ਇਕੁਇਪਮੈਂਟ ਨਹੀਂ ਇਹਨਾਂ ਨੇ ਭੇਜਿਆ, ਕੁਛ ਨਹੀਂ ਕੀਤਾ ਕੋਈ ਉੱਥੇ। ਮੈਂ ਤਾਂ ਹੈਰਾਨ ਹਾਂ ਕਿ ਇੱਕ ਵੀ ਉੱਥੇ ਇੰਜੀਨੀਅਰ ਨਹੀਂ ਹੈਗਾ 4-5 ਬੰਦੇ 'ਚ। ਐਡਾ ਵੱਡਾ ਜਿਹੜਾ ਈਵੈਂਟ ਹੋ ਗਿਆ, ਬੱਚਾ ਬੋਰਵੈਲ 'ਚ ਡਿੱਗਿਆ, ਬੱਚੇ ਹਰ ਇੱਕ ਦੇ ਸਾਂਝੇ ਬੱਚੇ ਹੁੰਦੇ ਨੇ। ਪ੍ਰਧਾਨ ਮੰਤਰੀ ਕੁਝ ਹੀ ਦਿਨਾਂ ਦੇ ਵਿੱਚ ਇਹਨਾਂ ਸ਼ਬਦ ਚੁੱਕੀ ਦੇਸ਼ ਦੀ ਸੁਰੱਖਿਆ ਵਾਸਤੇ ਕਿ ਸਾਰਾ ਦੇਸ਼ ਮੇਰਾ ਆਪਣਾ ਹੈ। ਹਾਂਜੀ, ਮੈਂ ਦੇਸ਼ ਦਾ ਚੌਂਕੀਦਾਰ ਹਾਂ। ਚੌਂਕੀਦਾਰ ਦੇ ਹੋਣ ਦੇ ਨਾਤੇ ਇੱਕ ਬੱਚਾ ਬੋਰਵੈਲ 'ਚ ਡਿੱਗਾ, ਉਹ 'ਤੇ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ, ਉਹਨੂੰ ਧਿਆਨ 'ਚ ਨਹੀਂ ਲਿਆਂਦਾ ਗਿਆ। ਦੇਖੋ ਜੀ, ਉਹ ਸ਼ਪਥ ਚੁੱਕੇ ਨਾ ਚੁੱਕੇ,
ਕੋਨਸਟੀਟਿਊਸ਼ਨਲੀ ਜਿਹੜਾ ਸਾਡਾ ਰਾਈਟ ਟੂ ਲਾਈਫ ਆ, ਇਹ ਕੋਨਸਟੀਟਿਊਸ਼ਨਲੀ ਸਾਡਾ ਹੈਗਾ ਵਾ। ਕੋਈ ਪਾਰਟੀ ਆਵੇ, ਕੋਈ ਪਾਰਟੀ ਜਾਵੇ, ਕੋਈ ਸ਼ਬਦ ਚੁੱਕੇ ਨਾ ਚੁੱਕੇ, ਇਹ ਗੌਰਮੈਂਟ ਜਿਹੜੀ ਆ ਉਹਦੀ ਡਿਊਟੀ ਆ ਸਾਡੀ ਲਾਈਫ ਨੂੰ ਸਿਕਿਓਰ ਕਰਨੀ। ਸਰ, ਇਹੋ ਜਿਹੇ ਕੰਮਾਂ ਵਾਸਤੇ ਪ੍ਰਧਾਨ ਮੰਤਰੀ ਜਾਂ ਆਪਣੇ ਜਿਹੜੇ ਮੁੱਖ ਮੰਤਰੀ, ਉਹਨਾਂ ਨੂੰ ਕੋਈ ਇਹੋ ਜਿਹੀ ਟੀਮ ਦਾ ਗਠਿਤ ਕਰਨਾ ਚਾਹੀਦਾ ਬਿਲਕੁਲ, ਜਿਹਨਾਂ ਦੇ ਨਾਲ ਕਿ ਤੁਹਾਡੇ ਵਰਗੇ ਬੰਦਿਆਂ ਤੱਕ ਪਹੁੰਚ ਕੀਤੀ ਜਾਏ, ਕੁਇਕਲੀ ਜਿਹੜਾ ਇੱਥੇ ਐਕਸ਼ਨ ਲਿੱਤਾ ਜਾਏ, ਬੰਦੇ ਜਾਨ ਬਚ। ਬਿਲਕੁਲ, ਇੱਕ ਆਰਗਨਾਈਜੇਸ਼ਨ ਚਾਹੀਦੀ ਆ, ਬਹੁਤ ਵੱਡੀ ਆਰਗਨਾਈਜੇਸ਼ਨ ਚਾਹੀਦੀ ਆ। ਤੁਸੀਂ ਫਾਇਰ ਫਾਈਟਿੰਗ ਵਾਸਤੇ ਰੱਖੇ ਆ, ਪੁਲਿਸ 'ਚ ਰੱਖੇ ਆ, ਤੁਸੀਂ ਡਾਕਟਰਾਂ ਦੇ ਰੱਖੇ ਆ, ਇਹ ਕਿਉਂ ਨਹੀਂ ਰੱਖਦੇ ਤੁਸੀਂ? ਔਰ ਇਹ ਬਹੁਤ ਜ਼ਰੂਰੀ ਹੈ, ਕਿਉਂਕਿ ਡਾਕਟਰ ਦੇ ਕੋਲ ਤਾਂ ਬਾਅਦ 'ਚ ਬੰਦਾ ਪਹੁੰਚਣਾ, ਫਾਇਰ ਫਾਈਟਰ ਕੋਲ ਬਾਅਦ 'ਚ ਬੰਦਾ, ਪਹਿਲਾਂ ਤੁਸੀਂ ਇਹਨੂੰ ਫੜੋ ਸਹੀ, ਕੱਢੋ ਸਹੀ, ਇਸ ਕਰਕੇ ਗਲਤ ਕੰਮ ਕਰ ਰਿਹਾ। ਡਾਕਟਰਾਂ ਦਾ ਇਹ ਕਹਿਣਾ ਹੈ ਕਿ ਇਹ ਜਿਹੜੇ ਬੱਚੇ ਨੂੰ ਬਚਾਉਣ ਦੇ ਵਿੱਚ ਜਿਹੜੀ ਦੇਰੀ ਹੋ ਰਹੀ ਹੈ, ਕਿਤੇ ਨਾ ਕਿਤੇ ਇਹਨਾਂ ਦੀਆਂ ਨਾਕਾਮੀਆਂ ਨੇ। ਬਿਲਕੁਲ 100%, ਅਤੇ ਇਹਨਾਂ ਨੂੰ ਕਿਤੇ ਨਾ ਕਿਤੇ ਤੁਹਾਡੇ ਵਾਂਗੂ ਜਿਹੜੇ ਇੰਜੀਨੀਅਰ ਉਹਨਾਂ ਨਾਲ ਟਾਈ ਅਪ ਰੱਖਣਾ ਚਾਹੀਦਾ, ਕਿਉਂਕਿ ਬੱਚੇ ਨੂੰ ਜੇ ਸਹੀ ਤਰੀਕੇ ਨਾਲ ਕਿਸੇ ਵੀ ਵਿਅਕਤੀ ਨੂੰ ਜਾਨ ਤੋਂ ਬਚਾਇਆ। ਇਹਨਾਂ ਨੇ ਅੱਜ ਤੱਕ ਕਿਉਂ ਨਹੀਂ ਕੀਤਾ, ਇਹ ਵੀ ਇਹਨਾਂ ਨੂੰ ਪੁੱਛਣਾ ਚਾਹੀਦਾ। ਹਾਂਜੀ ਹਾਂਜੀ, ਹਾਂ, ਚਾਹੀਦਾ ਇਹਨਾਂ ਨੂੰ ਕਰਨਾ, ਇਹਨੇ ਡਿਊਟੀ ਆ, ਇਹੋ ਜਿਹੇ ਇਕੁਪਮੈਂਟ ਰੱਖਣ, ਇਹੋ ਜਿਹੇ ਆਦਮੀ ਰੱਖਣ ਜਿਹੜੇ ਕਿ ਇਹ ਕੰਮ ਕਰ ਸਕਦੇ। ਠੀਕ ਹੈ, ਥੈਂਕ ਯੂ।